ਅਸੀਂ ਫਿਰੋਜ਼ਪੁਰ ਦੇ ਪਿੰਡ ਪਿੰਡ ਵਿੱਚ ਜਾ ਕੇ ਕਸਬੇ ਕਸਬੇ ਵਿੱਚ ਜਾ ਕੇ ਆਮ ਜਨਤਾ ਨੂੰ ਇਹਨਾਂ ਬਾਰੇ ਅਵੇਅਰ ਕਰਵਾ ਰਹੇ ਲੋਕਾਂ ਨੂੰ ਉੱਥੇ ਪੁੱਛਿਆ ਗਿਆ ਕਿ ਤੁਹਾਨੂੰ ਜੋ ਸੁਵਿਧਾਵਾਂ ਮਿਲ ਰਹੀਆਂ ਨੇ ਕੀ ਉਹ ਸਫੀਸ਼ੀਐਂਟ ਹੈ ਉਹਦੇ ਵਿੱਚ ਬਾਰਡਰ ਪੁਲਿਸ ਵੀ ਇਨਵੋਲਵਡ ਹੈ ਉਹਦੇ ਵਿੱਚ BSF ਇਨਵੋਲਵਡ ਹੈ ਕਿਸ ਤਰ੍ਹਾਂ ਲੋਕ ਤੁਹਾਨੂੰ ਆ ਕੇ ਮਿਲਦੇ ਔਰ ਆਪਣੇ ਦੁੱਖ ਜਿਹੜੇ ਉਹ ਦੱਸਦੇ ਨੇ ਜਿਹੜੇ ਉੱਥੇ ਪ੍ਰਸ਼ਾਸਨ ਵੱਲੋਂ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਮੁਹੱਈਆ ਕਰਾਈਆਂ ਜਾ ਰਹੀਆਂ ਨੇ ਇਸ ਮੁਸ਼ਕਿਲ ਘੜੀ ਦੇ ਵਿੱਚ ਅਸੀਂ ਸਾਰੇ ਲੋਕਾਂ ਨੂੰ ਇਹ ਦੱਸ ਰਹੇ ਹਾਂ ਕਿ ਅਸੀਂ ਜ਼ਿਲ੍ਹਾ ਕਾਨੂੰਨੀ ਸੇਵਾ ਦਫ਼ਤਰ ਵੱਲੋਂ ਅਤੇ ਪੂਰੀ ਜੁਡੀਸ਼ਰੀ ਵੱਲੋਂ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਜਿਹੜੇ ਮਾਪੇ ਆਪਣੇ ਕੇਸਾਂ ਨੂੰ ਲੈ ਕੇ ਇੱਥੇ ਆਉਂਦੇ ਸੀਗੇ ਔਰ ਬੱਚੇ ਨਾਲ ਹੁੰਦੇ ਸੀ ਤੇ ਬੱਚਿਆਂ ਦੇ ਉੱਪਰ ਕਾਫੀ ਏਸੀ ਦਾ ਅਸਰ ਹੁੰਦਾ ਸੀ ਔਰ ਤੁਸੀਂ ਬੱਚਿਆਂ ਦੇ ਵਾਸਤੇ ਇੱਕ ਚੀਜ਼ ਵੀ ਬਣਾਈ ਉਹਨਾਂ ਦੀ ਰਹਿਨਮਾਈ ਦੇ ਹੇਠ ਅਸੀਂ ਇੱਕ ਇੱਥੇ ਕਿਡਸ ਜ਼ੋਨ ਦੀ ਚੇਨ ਦੇ ਨਾਲ ਕੋਲੈਬੋਰੇਟ ਕਰਕੇ ਅਸੀਂ ਉਹਨਾਂ ਦੇ ਸਹਿਯੋਗ ਦੇ ਨਾਲ ਹੈ ਜੋ ਇੱਥੇ ਕਿਡਸ ਰੂਮ ਸੀਗਾ ਉਹਨੂੰ ਪ੍ਰੋਪਰਲੀ ਰੈਨੋਵੇਟ ਕੀਤਾ ਰੀਡੈਕੋਰੇਟ ਕੀਤਾ ਚਾਈਲਡ ਫਰੈਂਡਲੀ ਬਣਾਇਆ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਜਿਹੜਾ ਕਿ ਲਗਾਤਾਰ ਹੀ ਪ੍ਰਯਾਸ ਕਰਦਾ ਹੈ ਲੋਕਾਂ ਤੱਕ ਪਹੁੰਚ ਕਰਨ ਦੀ ਔਰ ਲੋਕਾਂ ਨੂੰ ਇਹ ਦੱਸਣ ਦੀ ਕਿ ਜਿਹੜੀਆਂ ਕਾਨੂੰਨੀ ਸਹਾਇਤਾ ਨੇ ਉਹ ਸਾਰਿਆਂ ਵਾਸਤੇ ਅਵੇਲੇਬਲ ਨੇ ਕਈ ਲੋਕ ਐਸੇ ਵੀ ਕਈ ਵਾਰੀ ਹੁੰਦਾ ਕਿ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਜਿਹੜੇ ਅਧਿਕਾਰ ਨੇ ਸਰਕਾਰ ਨੇ ਸਾਨੂੰ ਕੀ ਦਿੱਤੇ ਹੋਏ ਨੇ ਪਰ ਇਸ ਤਰ੍ਹਾਂ ਅਗਰ ਗੱਲ ਕੀਤੀ ਜਾਵੇ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਿਹੜੀ ਕਿ ਲਗਾਤਾਰ ਇਹ ਪ੍ਰਯਾਸ ਕਰ ਰਹੀ ਹੈ ਲੋਕਾਂ ਨੂੰ ਇਹ ਦੱਸ ਰਹੀ ਹੈ ਕਿ ਔਰ ਖੁੱਲ੍ਹਾ ਸੱਦਾ ਵੀ ਇਹਨਾਂ ਵੱਲੋਂ ਦਿੱਤਾ ਗਿਆ ਕਿ ਕਦੇ ਵੀ ਸਾਡੇ ਆਫਿਸ ਆਓ ਔਰ ਸਾਨੂੰ ਜਿਹੜਾ ਉਹ ਮਿਲੋ ਤੁਸੀਂ ਜਿਹੜੀ ਤੁਹਾਡੀ ਕੋਈ ਮੁਸ਼ਕਲ ਹੈ ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਦੇ ਨਾਲ ਨਾਲ ਕੁਝ ਐਸੇ ਕੰਮ ਵੀ ਇਹਨਾਂ ਵੱਲੋਂ ਕੀਤੇ ਜਾਂਦੇ ਹੈ ਕਿ ਜਿਹੜੇ ਸ਼ਾਇਦ ਆਮ ਲੋਕਾਂ ਨੂੰ ਹਲੇ ਸ਼ਾਇਦ ਨਹੀਂ ਪਤਾ ਹੋਏਗਾ ਜਿਹੜੀ ਹੜ੍ਹ ਆਏ ਨੇ ਹੜ੍ਹ ਦੇ ਵਿੱਚ ਵੀ ਜਿਹੜੀ ਹੈ ਬਹੁਤ ਜ਼ਿਆਦਾ ਸੇਵਾ ਜਿਹੜੀ ਹੈ ਉਹ ਕੀਤੀ ਗਈ ਹੈ ਇਹਨਾਂ ਵੱਲੋਂ ਪਿੱਛੇ ਜਿੰਨੇ ਦਿਨ ਵੀ ਲਗਾਤਾਰ ਹੜ੍ਹ ਚੱਲ ਆ ਰਹੇ ਨੇ ਉਹਨੂੰ ਲਗਾਤਾਰ ਕਿਸੇ ਨਾ ਕਿਸੇ ਪਿੰਡ ਦਾ ਦੌਰਾ ਕੀਤਾ ਜਾ ਰਿਹਾ ਔਰ ਉੱਥੇ ਪਤਾ ਕੀਤਾ ਜਾ ਰਿਹਾ ਵੀ ਇੱਥੇ ਕੀ ਕਮੀ ਆ ਰਹੀ ਔਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਾਲ ਲੈ ਕੇ ਫਿਰੋਜ਼ਪੁਰ ਪ੍ਰਸ਼ਾਸਨ ਨੂੰ ਨਾਲ ਲੈ ਕੇ ਔਰ ਜਿਹੜੀਆਂ ਬਾਕੀ ਸੰਸਥਾਵਾਂ ਨੇ ਸਮਾਜ ਸੇਵੀ ਉਹਨਾਂ ਨੂੰ ਨਾਲ ਲੈ ਕੇ ਉਹ ਕਮੀਆਂ ਜਿਹੜੀਆਂ ਉਹ ਪੂਰੀਆਂ ਕੀਤੀਆਂ ਜਾ ਰਹੀਆਂ ਨੇ ਸਾਡੇ ਨਾਲ ਜੁੜ ਚੁੱਕੇ ਨੇ ਮੈਡਮ ਏਕਤਾ ਉੱਪਲ ਜੀ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਕੀ ਜਿਹੜੀ ਇੱਥੇ ਅਧਿਕਾਰ ਨੇ ਉਹ ਲੋਕਾਂ ਨੂੰ ਮਿਲ ਰਹੇ ਔਰ ਇਹਨਾਂ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਨੇ ਪਹਿਲੇ ਤਾਂ ਮੈਮ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਉੱਪਰ ਥੈਂਕ ਯੂ ਮੈਮ ਜਿਹੜੇ ਅੱਜ ਕੱਲ੍ਹ ਲੋਕਾਂ ਨੂੰ ਪਤਾ ਨਹੀਂ ਹੈ ਵੀ ਸਾਡੇ ਅਧਿਕਾਰ ਜਿਹੜੇ ਨੇ ਉਹ ਕੀ ਹੈਗੇ ਨੇ ਔਰ ਲੋਕ ਸ਼ਾਇਦ ਇਸੇ ਪਿੱਛੇ ਕਿਤੇ ਜਾ ਨਹੀਂ ਸਕਦੇ ਉਹਨਾਂ ਨੂੰ ਕਿਤੇ ਮਿਲ ਨਹੀਂ ਸਕਦੇ ਕਿਸੇ ਨੂੰ ਤੁਹਾਡੇ ਵੱਲੋਂ ਬੜੇ ਉਪਰਾਲੇ ਕੀਤੇ ਗਏ ਇਸ ਚੀਜ਼ ਨੂੰ ਲੈ ਕੇ ਕੀ ਲੋਕਾਂ ਨੂੰ ਜਿਹੜੇ ਤੁਸੀਂ ਉਪਰਾਲੇ ਕੀਤੇ ਕੀ ਸੇਵਾਵਾਂ ਦੇ ਰਹੇ ਹੋ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਦੀਆਂ ਗਾਈਡਲਾਈਨਸ ਦੇ ਅਕੋਰਡਿੰਗਲੀ ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਦੇ ਐਗਜ਼ੈਕਟਿਵ ਚੇਅਰਮੈਨ ਮਾਨਯੋਗ ਗੁਰਮੀਤ ਸਿੰਘ ਸੰਧਾਵਲੀਆ ਜੀ ਦੀ ਅਗਵਾਈ ਦੇ ਹੇਠ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਦੇ ਮੈਂਬਰ ਸਕੱਤਰ ਸ਼੍ਰੀ ਮਨਜਿੰਦਰ ਸਿੰਘ ਜੀ ਦੀ ਅਗਵਾਈ ਦੇ ਹੇਠ ਅਤੇ ਪੰਜਾਬ ਫਿਰੋਜ਼ਪੁਰ ਜ਼ਿਲ੍ਹੇ ਕਾਨੂੰਨੀ ਸੇਵਾ ਅਥਾਰਟੀ ਦੇ ਚੇਅਰਮੈਨ ਸ਼੍ਰੀ ਵਿਰਿੰਦਰ ਅਗਰਵਾਲ ਜੀ ਦੀ ਅਗਵਾਈ ਦੇ ਹੇਠ ਜ਼ਿਲ੍ਹਾ ਕਾਨੂੰਨੀ ਸੇਵਾ ਦਫ਼ਤਰ ਵੱਲੋਂ ਫਿਰੋਜ਼ਪੁਰ ਵੱਲੋਂ ਵੱਖ ਵੱਖ ਸਮੇਂ ਤੇ ਲੀਗਲ ਅਵੇਅਰਨੈਸ ਪ੍ਰੋਗਰਾਮਸ ਕਰਕੇ ਪਿੰਡਾਂ ਦੇ ਵਿੱਚ ਸਪੈਸ਼ਲੀ ਬਾਰਡਰ ਏਰੀਆਜ਼ ਦੇ ਵਿੱਚ ਜਾ ਕੇ ਨਾ ਸਿਰਫ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਦੀਆਂ ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਦੀਆਂ ਜੋ ਸਕੀਮਸ ਬਣੀਆਂ ਨੇ ਉਹਨਾਂ ਬਾਰੇ ਜਾਗਰੂਕ ਕਰਾਇਆ ਜਾਂਦਾ ਹੈ ਲੇਕਿਨ ਆਮ ਲੋਕਾਂ ਨੂੰ ਉਹਨਾਂ ਦੇ ਕਾਨੂੰਨੀ ਹੱਕਾਂ ਬਾਰੇ ਵੀ ਦੱਸਿਆ ਜਾਂਦਾ ਹੈ ਕਿਉਂਕਿ ਕੋਈ ਵੀ ਇਨਸਾਨ ਹੈ ਜਿਹੜਾ ਉਹ ਆਪਣੇ ਹੱਕ ਦੇ ਪ੍ਰਤੀ ਉਦੋਂ ਹੀ ਜਾਗਰੂਕ ਹੋਏਗਾ ਆਪਣੇ ਹੱਕ ਦੀ ਵਾਇਲੇਸ਼ਨ ਦੇ ਪ੍ਰਤੀ ਉਹ ਉਦੋਂ ਹੀ ਅਵੇਅਰ ਹੋ ਸਕਦਾ ਜਦੋਂ ਉਹਨੂੰ ਆਪਣੇ ਰਾਈਟਸ ਦੇ ਬਾਰੇ ਨੌਲੇਜ ਹੋਵੇ ਸੋ ਸਾਡੇ ਵੱਲੋਂ ਇਹ ਉਪਰਾਲਾ ਕੀਤਾ ਜਾਂਦਾ ਹੈ ਐਂਡ ਬਹੁਤ ਹੱਦ ਤੱਕ ਅਸੀਂ ਜੋ ਸਾਨੂੰ ਫੀਡਬੈਕ ਮਿਲਿਆ ਅਸੀਂ ਇਹਦੇ 'ਚ ਕਾਫੀ ਸਕਸੈਸਫੁਲ ਵੀ ਹੋ ਰਹੇ ਹਾਂ ਐਂਡ ਇਹ ਸਾਡੀ ਅਵੇਅਰਨੈਸ ਕੈਂਪੇਨਸ ਅੱਗੇ ਵੀ ਜਾਰੀ ਹੈ ਜਿਹਦੇ ਤਹਿਤ ਅਸੀਂ ਵੇਰੀਅਸ ਸਕੀਮਸ ਵੇਰੀਅਸ ਅਵੇਅਰਨੈਸ ਪ੍ਰੋਗਰਾਮਸ ਵੇਰੀਅਸ ਲਾਸ ਫੰਡਾਮੈਂਟਲ ਰਾਈਟਸ ਫੰਡਾਮੈਂਟਲ ਡਿਊਟੀਜ਼ ਅਤੇ ਹੋਰ ਕਾਨੂੰਨ ਜਿਹੜੇ ਲੋਕਾਂ ਨੂੰ ਵੱਖ ਵੱਖ ਤਰ੍ਹਾਂ ਦੇ ਅਧਿਕਾਰ ਦਿੰਦੇ ਨੇ ਜ਼ਿਲ੍ਹਾ ਕਾਨੂੰਨੀ ਸੇਵਾ ਦਫ਼ਤਰ ਦੇ ਤਹਿਤ ਜੋ ਮੁਫ਼ਤ ਕਾਨੂੰਨੀ ਸਹਾਇਤਾ ਦਾ ਸਭ ਤੋਂ ਇੰਪੋਰਟੈਂਟ ਅਧਿਕਾਰ ਹੈ ਅਸੀਂ ਫਿਰੋਜ਼ਪੁਰ ਦੇ ਪਿੰਡ ਪਿੰਡ ਵਿੱਚ ਜਾ ਕੇ ਕਸਬੇ ਕਸਬੇ ਵਿੱਚ ਜਾ ਕੇ ਆਮ ਜਨਤਾ ਨੂੰ ਇਹਨਾਂ ਬਾਰੇ ਅਵੇਅਰ ਕਰਵਾ ਰਹੇ ਹਾਂ ਇਹ ਦੇਖਿਆ ਗਿਆ ਕਿ ਤੁਸੀਂ ਹੁਣ ਜਦੋਂ ਹੜ੍ਹ ਆਏ ਨੇ ਤੁਸੀਂ ਖੁਦ ਜਾ ਕੇ ਦੌਰਾ ਕਰ ਰਹੇ ਹੋ ਪਿੰਡ ਤੋਂ ਪਿੰਡ ਜਾ ਰਹੇ ਹੋ ਔਰ ਲੋਕਾਂ ਨੂੰ ਆਉਣ ਵਾਲੀ ਮੁਸ਼ਕਲਾਂ ਜਿਹੜੀਆਂ ਉਹ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿਸ ਤਰ੍ਹਾਂ ਲੋਕ ਤੁਹਾਨੂੰ ਆ ਕੇ ਮਿਲਦੇ ਔਰ ਆਪਣੇ ਦੁੱਖ ਜਿਹੜੇ ਉਹ ਦੱਸਦੇ ਨੇ ਜਾਂ ਜਿਹੜੇ ਉੱਥੇ ਪ੍ਰਸ਼ਾਸਨ ਵੱਲੋਂ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਮੁਹੱਈਆ ਕਰਾਈਆਂ ਜਾ ਰਹੀਆਂ ਨੇ ਜੀ ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਕਿ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਦੀਆਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾ ਦਫ਼ਤਰ ਵੱਲੋਂ ਕੰਮਕਾਜ ਕੀਤੇ ਜਾਂਦੇ ਨੇ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਦੀ ਜੋ ਵਿਕਟਿਮਸ ਆਫ ਮਾਸ ਡਿਜ਼ਾਸਟਰਸ ਨੇ ਇਹਨਾਂ ਦੇ ਲਈ ਇੱਕ ਸਕੀਮ ਹੈ
उस स्कीम के तहत असी फिरोजपुर के जो अज एक रादर पूरे पंजाब दे विच ही जो फ्लड की एक ग्रूसम सिचुएशन चल रही है इस मुश्किल कड़ी के असी सारे लोगों को यह दस रहे हाँ कि असी जिला कानूनी सेवा दफ्तर वालों और पूरी जुडिशरी वालों असी उन्हां दे नाल खड़े हाँ। इस लड़ी के तहत एक स्टेट लैवल के प्रोग्राम की फ्लड विक्टिम्स के हैल्प के लिए पूरे पंजाब दे विच इसकी शुरुआत फिरोजपुर जिले के पिंड गट्टी राजोके विखे की गई सी जो कि मानयोग मैंबर सकत्तर पंजाब स्टेट ईगल सर्विसिज अथॉरिटी श्री मनजिंदर सिंह वालों की गई सी। इस लड़ी के तहत मानयोग चेयरमैन डिस्ट्रिक्ट लीगल सर्विसिज अथॉरिटी श्री वरिंदर अग्रवाल जी की अगवाई के तहत मैं खुद और अपन टीम्स के नाल पैरालीगल वॉलंटियर्स के नाल एडवोकेट्स के नाल जाके जो मोस्ट प्रोन फ्लड अफेक्टेड एरियाज ने जिस तरह पंजग्राई एरिया हो गया दुलची के पिंड हो गया निहाल ਹਾਲਾ ਵਾਲਾ ਹੋ ਗਿਆ ਗੱਟੀ ਰਾਜੋਕੇ ਹੋ ਗਿਆ ਕਾਲੂਆਣਾ ਹੋ ਗਿਆ ਇਹਨਾਂ ਪਿੰਡਾਂ ਦੇ ਵਿੱਚ ਜੋ ਮੋਸਟ ਅਫੈਕਟਿਡ ਨੇ ਬਾਰਡਰ ਲਾਈਨ ਏਰੀਆਜ਼ ਨੇ ਉਹਨਾਂ ਦੇ ਵਿੱਚ ਜਾ ਕੇ ਅਸੀਂ ਆਮ ਲੋਕਾਂ ਤੱਕ ਪਹੁੰਚੇ ਹਾਂ। ਰਿਲੀਫ ਕੈਂਪਸ ਦੇ ਵਿੱਚ ਅਸੀਂ ਗਏ ਹਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਆਫੀਸ਼ੀਅਲਸ ਨੂੰ ਨਾਲ ਅਕੰਪਨੀ ਕੀਤਾ ਡਿਸਟ੍ਰਿਕਟ ਪੁਲਿਸ ਨੂੰ ਨਾਲ ਅਕੰਪਨੀ ਕੀਤਾ ਅਤੇ ਖੁਦ ਸਟਾਕ ਸਿਚੁਏਸ਼ਨ ਲਿੱਤੀ ਤਾਂ ਕਿ ਸਾਨੂੰ ਰਿਐਲਿਟੀ ਦਾ ਅੰਦਾਜ਼ਾ ਹੋਵੇ। ਲੋਕਾਂ ਨੂੰ ਉੱਥੇ ਪੁੱਛਿਆ ਗਿਆ ਕਿ ਤੁਹਾਨੂੰ ਜੋ ਸੁਵਿਧਾਵਾਂ ਮਿਲ ਰਹੀਆਂ ਨੇ ਕੀ ਉਹ ਸਫੀਸ਼ੀਐਂਟ ਹੈ। ਉਹਦੇ ਵਿੱਚ ਬਾਰਡਰ ਪੁਲਿਸ ਵੀ ਇਨਵੋਲਵਡ ਹੈ, ਉਹਦੇ ਵਿੱਚ BSF ਇਨਵੋਲਵਡ ਹੈ, NDRF ਲੱਗੀ ਹੋਈ ਹੈ, SDRF ਲੱਗੀ ਹੋਈ ਹੈ, ਹੈਲਥ ਐਡਮਿਨਿਸਟ੍ਰੇਸ਼ਨ ਲੱਗਾ ਹੋਇਆ ਹੈ। ਸਾਡੇ ਵੱਲੋਂ ਜਾ ਕੇ ਲੋਕਾਂ ਨੂੰ ਨਾ ਸਿਰਫ ਉਹਨਾਂ ਦੀਆਂ ਬੇਸਿਕ ਅਮੈਨਿਟੀਜ਼ ਦੇ ਬਾਰੇ ਪੁੱਛਿਆ ਜਾਂਦਾ ਹੈ ਲੇਕਿਨ ਜਿੱਥੇ ਜਿੱਥੇ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਉਹਨਾਂ ਨੂੰ ਉਹ ਅਮੈਨਿਟੀਜ਼ ਪ੍ਰੋਵਾਈਡ ਵੀ ਕੀਤੀਆਂ ਜਾਂਦੀਆਂ। ਜਿਵੇਂ ਕਿ ਤੁਹਾਨੂੰ ਪਤਾ ਹੋਏਗਾ ਮੈਂ ਪਰਸੋਂ ਹੀ ਨਿਹਾਲਾ ਵਾਲਾ ਐਂਡ ਪੰਜਗਰਾਈ ਐਂਡ ਦੁਲਚੀਕੇ ਦਾ ਏਰੀਆ ਵਿਜ਼ਿਟ ਕੀਤਾ ਸੀ। ਆਲਦੋ ਉੱਥੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਹੈਲਥ ਡਿਪਾਰਟਮੈਂਟ ਵੱਲੋਂ BSF ਵੱਲੋਂ ਰੈਸਕਿਊ ਸਰਵਿਸਿਜ਼ ਚੱਲ ਰਹੀਆਂ ਨੇ ਰਿਲੀਫ ਕੈਂਪਸ ਦੇ ਵਿੱਚ ਲੇਕਿਨ ਫਿਰ ਵੀ ਉੱਥੇ ਸਾਨੂੰ ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ ਮੋਸਕੀਟੋ ਨੈਟਸ ਉਹਨਾਂ ਨੂੰ ਆਡੋਮੋਸ ਡਿਟੋਲ ਸੋਪਸ ਐਸਾ ਬੇਸਿਕ ਹਾਈਜੀਨਿਕ ਦੀਆਂ ਚੀਜ਼ਾਂ ਨੇ ਉਹ ਉਹਨਾਂ ਨੂੰ ਜ਼ਰੂਰੀ ਹੈ। ਸੋ ਅਸੀਂ ਅੱਜ ਜਿਵੇਂ ਤੁਸੀਂ ਦੇਖਿਆ ਸਾਡੇ ਦਫ਼ਤਰ ਦੇ ਵਿੱਚ ਅਸੀਂ ਉਸੇ ਦਿਨ ਤੋਂ ਹੀ ਪਰਸੋਂ ਤੋਂ ਹੀ ਅਸੀਂ ਆਪਣੀਆਂ ਟੀਮਸ ਨੂੰ ਮਾਨਯੋਗ ਚੇਅਰਮੈਨ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੋਨਸਟੀਟਿਊਟ ਕਰ ਦਿੱਤਾ ਔਰ ਸਾਰਾ ਸਮਾਨ ਉਹਨਾਂ ਦਾ ਮੰਗਵਾ ਲਿਆ, ਪੈਕਿੰਗ ਹੋ ਰਹੀ ਹੈ ਔਰ ਕੱਲ੍ਹ ਅਸੀਂ ਉਹਨਾਂ ਨੂੰ ਡਿਸਟ੍ਰੀਬਿਊਟ ਕਰਨ ਜਾਵਾਂਗੇ। ਇੱਕ ਪਿੱਛੇ ਜੇ ਅਸੀਂ ਦੇਖਿਆ ਸੀਗਾ ਕਿ ਇੱਕ ਤੁਹਾਡੇ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਸੀਗਾ ਕਿ ਇੱਕ ਲੇਡੀ ਜਿਹੜੀ ਕਿ ਇੰਡੀਆ ਦੇ ਵਿੱਚ ਆ ਗਈ ਸੀਗੀ ਬਾਰਡਰ ਤੋਂ ਔਰ ਉਹਨਾਂ ਨੂੰ ਤੁਸੀਂ ਪਰਸਨਲ ਐਫਰਟ ਆਪਣੇ ਲਗਾ ਕੇ ਅੱਜ ਉਹ ਤੁਹਾਡੀ ਅਸੀਂ ਇਹ ਕਹਾਂਗੇ ਕਿ ਤੁਹਾਡੀ ਬਦੌਲਤ ਕਿ ਉਹ ਅੱਜ ਆਪਣੇ ਦੇਸ਼ ਵਾਪਸ ਗਈ ਹੈ ਜਿਹੜੀ ਕਾਫੀ ਸ਼ਾਇਦ ਸਾਲਾਂ ਤੋਂ ਇੱਥੇ ਸੀਗੀ ਉਹ ਕਿਸ ਤਰ੍ਹਾਂ ਤੁਸੀਂ ਤੁਹਾਨੂੰ ਤੁਹਾਡੇ ਕੋਲ ਕੇਸ ਕਿਸ ਤਰ੍ਹਾਂ ਤੁਸੀਂ ਉਹਦੇ 'ਚ ਇਨਵੋਲਵ ਹੋਏ? ਇਹ ਆਲਮੋਸਟ ਮਿਡ ਆਫ ਜੂਨ ਦੇ ਵਿੱਚ ਇੱਕ FIR ਇੱਥੇ ਲੌਂਚ ਹੋਈ ਸੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਕਿ ਬਾਰਡਰ ਏਰੀਆ ਦੇ ਵਿੱਚ ਇੱਕ ਲੇਡੀ ਜੋ ਹੈ ਸਸਪੈਕਟਿਡ ਕੰਡੀਸ਼ਨ ਦੇ ਵਿੱਚ ਡਿਟੈਕਟ ਕੀਤੀ ਗਈ ਸੀ। ਡਿਸਟ੍ਰਿਕਟ ਪੁਲਿਸ ਵੱਲੋਂ ਉਹਦੇ ਅਗੇਂਸਟ ਪਾਸਪੋਰਟ ਐਕਟ ਫੋਰਨਰਸ ਐਕਟ ਦੇ ਅੰਡਰ FIR ਲੌਂਚ ਕੀਤੀ ਸੀ ਐਂਡ ਇਹ ਮੈਟਰ ਮਾਨਯੋਗ ਚੇਅਰਮੈਨ ਸ਼੍ਰੀ ਵਰਿੰਦਰ ਅਗਰਵਾਲ ਜੀ ਦੀ ਨੋਟਿਸ ਦੇ ਵਿੱਚ ਆਇਆ ਤਾਂ ਉਹਨਾਂ ਨੇ ਮੈਨੂੰ ਡਾਇਰੈਕਸ਼ਨਸ ਦਿੱਤੀਆਂ ਕਿ ਇਸ ਮੈਟਰ ਦੇ ਉੱਪਰ ਹੈ ਜਿਹੜਾ ਥੋਰੋਲੀ ਇਹਨੂੰ ਸਕਰੂਟਨਾਈਜ਼ ਕੀਤਾ ਜਾਵੇ ਕਿ ਐਕਚੁਅਲ ਰਿਐਲਿਟੀ ਕੀ ਹੈ। ਸੋ ਇਸਦੇ ਦੌਰਾਨ ਅਸੀਂ ਇਹਦੇ 'ਚ ਇਨਵੈਸਟੀਗੇਟਿੰਗ ਆਫਿਸਰਸ ਦੇ ਨਾਲ ਗੱਲਬਾਤ ਕੀਤੀ, ਉਹਨਾਂ ਦੀ ਜੋ ਡਾਕੂਮੈਂਟਸ ਹੈ ਉਹ ਅਸੀਂ ਵਾਚਅਪ ਔਨ ਕੀਤੇ, ਉਹਨੂੰ ਸਕਰੂਟਨਾਈਜ਼ ਕੀਤਾ ਐਂਡ ਡਿਊਰਿੰਗ ਦੀ ਕੋਰਸ ਜਦੋਂ ਇਹ ਲੇਡੀ ਦੇ FIR ਦੀਆਂ ਰਿਮਾਂਡ ਪ੍ਰੋਸੀਡਿੰਗ ਕੰਸਰਨ ਕੋਰਟ 'ਚ ਚੱਲ ਰਹੀਆਂ ਸੀ ਉਸ ਪ੍ਰੋਸੀਡਿੰਗਸ ਦੇ ਰਿਗਾਰਡਿੰਗ ਅਸੀਂ ਇਹਨੂੰ ਪੈਨਲ ਐਡਵੋਕੇਟ ਇੱਥੋਂ ਪ੍ਰੋਵਾਈਡ ਕੀਤੇ। ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਹੈਲਪ ਦੇ ਨਾਲ ਇਹਨਾਂ ਨੂੰ ਵਰਚੁਅਲੀ ਟਰਾਂਸਲੇਟਰ ਦੀ ਹੈਲਪ ਦਿੱਤੀ ਗਈ ਕਿਉਂਕਿ ਸ਼ੀ ਵਾਜ਼ ਨੋਟ ਏਬਲ ਟੂ ਅੰਡਰਸਟੈਂਡ ਇੱਥੋਂ ਦੀ ਲੈਂਗੁਏਜ ਐਂਡ ਉਹਦੀ ਲੈਂਗੁਏਜ ਸਾਨੂੰ ਨਹੀਂ ਪਤਾ ਲੱਗਦੀ ਸੀ ਬਟ ਉਹਦਾ ਜੋ ਇੱਕ ਵਰਸ਼ਨ ਹੈ ਉਹਨੂੰ ਪ੍ਰੋਪਰਲੀ ਕਨਵੇ ਕਰਨ ਦੇ ਲਈ ਮਾਨਯੋਗ ਅਦਾਲਤ ਦੇ ਸਾਹਮਣੇ ਰੱਖਣ ਦੇ ਲਈ ਇਹ ਫੈਸਿਲਿਟੀਜ਼ ਉਹਨੂੰ ਪ੍ਰੋਵਾਈਡ ਕੀਤੀਆਂ ਗਈਆਂ। ਪ੍ਰੋਪਰਲੀ ਉਹਦੇ ਕੇਸ ਦੀ ਹਰ ਪ੍ਰੋਸੀਡਿੰਗ ਦੀ ਇਨਫੋਰਮੇਸ਼ਨ ਇਸ ਦਫ਼ਤਰ ਕੋਲੋਂ ਪ੍ਰੋਵਾਈਡ ਕੀਤੀ ਜਾਂਦੀ ਸੀ ਤਾਂ ਕਿ ਉਹਦੇ ਕਾਰਵਾਈ ਦੇ ਉੱਪਰ ਹੈ ਸਾਡਾ ਇੱਕ ਪ੍ਰੋਪਰ ਵਾਚ ਰਹੇ ਐਂਡ ਡਿਊਰਿੰਗ ਦੀ ਇਨਵੈਸਟੀਗੇਸ਼ਨ ਇਸ ਦੇ ਦੌਰਾਨ ਕਾਫੀ ਮੀਟਿੰਗਸ ਕੀਤੀਆਂ ਗਈਆਂ ਔਰ ਇਹ ਪਾਇਆ ਗਿਆ ਕਿ ਇਹ ਲੇਡੀ ਸੀ ਜੋ ਜਿਹੜੀ ਐਕਚੁਅਲੀ ਵਿਕਟਿਮ ਸੀ ਉਹ ਐਕਿਊਜ਼ਡ ਨਹੀਂ ਸੀ। ਸੋ ਕੁਛ ਹਾਲਾਤਾਂ ਕਰਕੇ ਉਹ ਆਪਣੀ ਕੁਛ ਆਪਣੀਆਂ ਫੈਮਿਲੀ ਰੀਜ਼ਨਸ ਕਰਕੇ ਸ਼ੀ ਵਾਜ਼ ਵਿਡੋ, ਉਹ ਔਰਫਨ ਵੀ ਸੀ, ਉਹਦੇ 3 ਬੱਚੇ ਆ ਜਿਹਦੇ ਵਿੱਚੋਂ 2 ਸੀਗੇ ਉਹ ਮੈਡੀਕਲੀ ਕਾਫੀ ਉਹਨਾਂ ਨੂੰ ਪ੍ਰੋਬਲਮ ਸੀਗੀਆਂ ਔਰ ਉਹਨਾਂ ਦਾ ਟ੍ਰੀਟਮੈਂਟ ਕਰਾਉਣ ਦੇ ਲਈ ਇਹ ਲੇਡੀ ਭਾਰਤ ਦੇਸ਼ ਵਿੱਚ ਆਈ ਸੀ ਆਲਮੋਸਟ 2-3 ਸਾਲ ਪਹਿਲਾਂ ਔਰ ਆਉਣ ਤੋਂ ਬਾਅਦ ਉਹ ਕੁਛ ਗਲਤ ਹੱਥਾਂ ਦੇ ਟ੍ਰੈਪ ਦੇ ਵਿੱਚ ਫਸ ਗਈ ਐਂਡ ਅਲਟੀਮੇਟਲੀ ਸ਼ੀ ਵਾਜ਼ ਲੈਂਡਡ ਓਵਰ ਹੇਅਰ ਇਨ ਦੀ ਬਾਰਡਰ ਏਰੀਆ ਐਂਡ ਉਸ ਤੋਂ ਬਾਅਦ ਦੀ ਵਰਸ਼ਨ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਸੋ ਜਦੋਂ ਇਹ ਰਿਐਲਿਟੀ ਸਾਹਮਣੇ ਆਈ ਤਾਂ ਮਾਨਯੋਗ ਚੇਅਰਮੈਨ ਸਾਹਿਬ ਜੀ ਨੇ ਦਿਸ਼ਾ ਨਿਰਦੇਸ਼ ਦਿੱਤੇ ਕਿ ਇਸ ਲੇਡੀ ਨੂੰ ਹੈ ਜੋ ਕਾਨੂੰਨੀ ਸਹਾਇਤਾ ਦੇ ਨਾਲ ਨਾਲ ਉਹਦਾ ਜੋ ਇੱਕ ਐਕਚੁਅਲ ਉਹਨੂੰ ਆਪਣੇ
वतन दे विच रीपैट्रिएशन दा भी प्रोसीजर किया जाए। सो उन्हां दे दिशा निर्देशों की पालना करते हुए उन्हां दे काफ़ी एफर्ट्स किए अते उन्हां दी गाइडलाइनस दे अकॉर्डिंगली असी वेरियस डिपार्टमेंट्स दे नाल वेरियस ऑफिशियल्स दे नाल उज़्बेकिस्तान एम्बेसी दे नाल वर्चुअली कनैक्ट किया, उन्हां नाल टेलीफोनिकली मीटिंग्स कीतियां गईं, ईमेल्स लिखियां गईयां अते इस लेडी दा अल्टरनेटिव ट्रांसपोर्ट डॉक्यूमेंटेशन इहदे ट्रैवल डॉक्यूमेंट तैयार करवाए गए, फ्री ऑफ कॉस्ट करवाए गए। जेल दे दौरान जदों ये सेंट्रल जेल च लॉज्ड सी इहनूं इहदियां ईटिंग हैबिट्स दे अकॉर्डिंगली इहनूं फूड प्रोवाइड कीता गया, मैनुअल्स दे अकॉर्डिंगली जिन्ना बेस्ट सीगा इहदे लई कीता, एंड विद द एफर्ट्स एंड विद द गाइडेंस ऑफ अवर वर्दी चेयरमैन श्री वरिंदर अग्रवाल जी, अज ये लेडी जो है हैप्पीली अपने बच्चों के नाल उज़्बेकिस्तान च रीयूनाइट हो गई है। सो इस तरह के उपराले साडे वल्लों कीते जांदे ने क्योंकि साडे नालसा दी इक स्कीम है कि जिहदे च असी विमेन विक्टिम्स ऑफ सैक्शुअल ऑफेंस जड़े असी उन्हां नूं ना सिर्फ कानूनी सहायता देनी है लेकिन असी अपने एक कंफर्ट जोन तो हट के भी उन्हां नूं स्पेशली इस लेडी नूं असी ना सिर्फ उन्हें एक कानूनी सहायता दिती लेकिन उन्हें प्रॉपरली रीपैट्रिएशन जदों तक नहीं कंप्लीट हो गया असी हर एक आसपैक्ट के उपर इनू नज़र रखी और फाइनली उन्हें रीयूनाइट करवाया अपनी फैमिली दे नाल। बिल्कुल असी तो यही कहांगे जी भी तुसीं तुहाडे एफर्ट कीते और अज उह जिहड़ी इह लेडी अपने घर बैठी है। एक सर एक देखा गया पिछे जे कि जेडे माँ बाप अपने केसा नूं लैके इत्थे आंदे सीगे और बच्चे नाल हुंदे सी ते बच्चों के उपर काफ़ी इस चीज़ का असर हुंदा सी और तुसी बच्चों के वास्ते एक चीज़ भी बनाई जिंदे विच बच्चे अपना उत्थे इंजॉय करन खेड सकन और बुरा असर जिहड़ा उन्हां उपर ना होवे। जी साडा ज़िला कानूनी सेवा दफ्तर फिरोजपुर दे विच काफ़ी सर्विसिज़ प्रोवाइड कीतियां कीतियां जांदियां ने, जिस तरह लीगल अवेयरनेस प्रोग्राम्स असी लगाउंदे आ, असी वेरियस डिपार्टमेंट्स दे नाल एसोसिएट होके वेरियस असी ग्रीवेंस रिड्रेसल है जिहड़े कैंप्स लगाउंदे आ, साडे कोल मीडिएशन दीआं सर्विसिज़ है, असी नैशनल लोक अदालत होल्ड करवाने आ, असी लीगल सर्विसिज प्रोवाइड करते हैं, लीगल असिस्टेंस प्रोवाइड करते हैं, परमानेंट लोक अदालत फॉर द पब्लिक यूटिलिटी सर्विसिज है। इस तरह ही एक मीडिएशन का कंसैप्ट साढ़े को है जिदे कि ना सिर्फ जिहड़े अदालतों केस चलते हैं लेकिन जिहड़े अदे अदालत दे विच दायर भी नहीं हुए जिन्हों की असी लीगल लैंग्वेज दे विच प्री इंस्टीट्यूशन मीडिएशन कहने कि जे किसी पार्टी का केस दायर करन तो पहलों ही उन्हें यह लगता है कि मैं एक फेस टू फेस सिटिंग करनी है तो वह फ्री ऑफ कॉस्ट एक सिंपल एप्लीकेशन मेरे ऑफिस दे सकती है जिदे बेसिस उपर असी दूसरी पार्टी नूं मैट्रीमोनियल पार्टी नूं बुला के स्पाउस नूं बुला के उन्हां दी सिटिंग्स करवाई जाती है और उन्हां दे केसिस का निपटारा किया जाता है। सो इस तरह ही अदालतों के जो लंबित मामले हैं उन्हां दे तहत भी स्पैशली मैट्रीमोनियल केसिस जदों आते हैं तो ऑल ओवर फिरोजपुर तो लोग ट्रैवल करके आते हैं। सो यह पाया गया कि जो लोग ट्रैवल करते हैं तो ज़्यादातर मैट्रीमोनियल केसिस बच्चे इनवॉल्व होंगे है। सो यह मैटर मैं बतौर CGM डिस्ट्रिक्ट लीगल सर्विसिज अथॉरिटी फिरोजपुर श्री वरिंदर अग्रवाल जी जो चेयरमैन साहब ने साडे उन्होंने डिस्कस किया तो उन्होंने आके दफ्तर का मुआयना किया तो उन्होंने रहनुमाई के हेठ असी एक इतने किड जोन की चेन के नाल कोलैबोरेट करके असी उन्होंने सहयोग के नाल है जो इतने किड्स रूम सेगा उन्होंने प्रॉपरली रेनोवेट किया, रीडेकोरेट किया, चाइल्ड फ्रेंडली बनाया ताकि मीडिएशन प्रोसीडिंग्स के दौरान है बच्चे नूं किसी तरह का कोई बैड इंपैक्ट ना पवे, उहदे ते किसी तरह की नैगेटिविटी ना आवे अते बच्चा प्रॉपरली अपने कंफर्ट जोन दे विच रहे। जी जी जिस तरह कोई भी बंद औरत है या आदमी है उन्हां नूं नहीं पता उह महंगीआं जिहड़ियां सुविधावां उह नहीं लै सकदे, प्राइवेट एडवोकेट नहीं कर सकदे, कि उह तुहाडे कोल आ सकदे ने सहायता लैण वास्ते? जी साडे कोल नैशनल लीगल सर्विसिज अथॉरिटी के लीगल सर्विसिज अथॉरिटी एक्ट के सैक्शन 12 के तहत उन्होंने कैटेगरीज प्रोवाइड कीतियां ने कि कहड़े परसनस ने जिहड़े साडे कोल फ्री लीगल एड लै सकते हैं जिहदे विच औरतां ने, बच्चे ने, वह परसनस ने जिन्हां दी सालाना इनकम 3 लाख या 3 लाख तो घट है, बेगार दे मारे ने, जिस तरह हुण फ्लड विक्टिम्स ने, ये सारे साडे कोलों फ्री ऑफ कॉस्ट लीगल सर्विसिज लै सकते हैं। कोई परसन है जिहड़ा जेल दे विच है, पुलिस कस्टडी दे विच है एंड स्पैशल कैटेगरीज नूं बिलोंग करते हैं, सो इस तरह दीआं कैटेगरीज दे जिहड़े परसनस ने वो साडे कोलों फ्री ऑफ कॉस्ट है जिहड़े लीगल एड लै सकते हैं। असी थोड़े माध्यम के राही, मीडिया के राही अते अपने अवेयरनैस प्रोग्राम के राही भी लोगों नूं इन्हां हक्कां बारे जागरूक करते हैं। सो मैं एक बार फिर थोड़े चैनल के माध्यम तो पूरे फिरोजपुर के लोगों को यह दसना चाहवागी कि इन्हां कैटागरीज़ नूं बिलोंग करते हुए जिहड़े भी इस क्राइटेरिया नूं फुलफिल करते हैं वो
किसी भी कामकाजी दिन किसी भी कामकाजी घंटे के आके मेरे ऑफिस के फिजिकली विजिट कर सकते हैं। लेकिन कुछ रीजनस होंगे ने, किसी वेले कोई बुजुर्ग है, फिजिकली चैलेंज है, स्पैशल परसन है जिन्हों का इतने आना पॉसीबल नहीं है, तो वह सू वर्चुअली कनैक्ट कर सकते हैं। साडा फेसबुक के उपर DLS फिरोजपुर के नाम से अकाउंट है, सानू ईमेल ड्रॉप कर सकते हैं, उत्थे मैसेज कर सकते हैं, सानू इंस्टाग्राम यूट्यूब ट्विटर अजकल सोशल मीडिया का युग है, सानू वर्चुअली कनैक्ट कर सकते हैं। 1968 है साडा टोल फ्री नंबर है स्टेट लैवल का, 0-16-32-235-034 मेरे ऑफिस का जो लैंडलाइन नंबर है, जो कि असी फ्लड विक्टिम्स की हैल्प के लिए भी एक इनू हैल्पलाइन नंबर के तौर पर भी जारी किया होया, उत्ते सानू संपर्क कर सकते हैं। कभी भी साडे दफ्तर में आके फ्री ऑफ कॉस्ट है जिहड़ियां ये लीगल सर्विसिज ना सिर्फ वकील साहब दी लै सकते हैं बल्कि कानूनी सलाह भी लै सकते हैं जी। ये साढ़े नाल जी CGM एकता उपल जी जिन्होंने दस्या कि साढ़े को जोड़े लोग ने वह बिना किसी डर के या बिना किसी गलबात तो साढ़े को आ सकते हैं, कानूनी जी है सलाह भी लै सकते हैं और असी उन्होंने लीगल जी सर्विसिज है वह भी प्रोवाइड करावे। इस लोगों के हित काम भी जोड़े ने लगातार इन वालों जारी ने, प्रयास हमेशा जारी ने। और नंबर जोड़ा वो उन्होंने वालों पहले ही दस दिता गया भी टोल फ्री नंबर है, उन्हें तुम कॉल कर सकते हो, एक नंबर ऑफिस है उत्थे कॉल कर सकते हो, जो भी तुम्हें लगे किसी भी चीज़ की जरूरत महसूस हो इस तरह की कोई लीगल सर्विसिज की तो इन्हों कॉन्टैक्ट कर सकते हो।